मैं मेरा नाम निरंजन सिंह है, नंबरदार हाँ। मैं पिंड झपकरे का हले प्रेजेंट, मेरा पिंड मकौड़े के बीच भी नंबरदारी का मतलब चलता पाया अपलाइड। मैं कि मेरे पिता पक्के नंबरदार से पिंड मकौड़ा झपकरे के, पुल ना बनने करके साढ़े पार के पिंड तूरा चेबे भरियाल मम्मी चक्करा गल सियाण जे पिंड बार्डर के कंडे एक टापू की तरह रह जाते। बखरा एक दृश्य उसे देखने मिलता है जोड़ा कि साढ़े हिंदुस्तान नालों ही अलग लगता। किन्ने पिंड है पिंड? तकरीबन कोई 8-9 पिंड बन जाते हैं। सरकार ने इत्थे एक बेड़ी का प्रबंध किए दा, उहदे तो अं आर पार जिहड़े साढ़े जिहड़े कुछ जीव कर जे ज़्यादा पानी होंदा तो रुक जांदे आ उत्थे दे उत्थे। उह सानूं कोई मुढ़ली सहायता पहला ही मिली दी है, उह थोड़ा बेचारे कर दिया काम साडा। खतरा तो भाई होएगा पानी का फ्लड कितों तुसी ते कित्थे साढ़े पार वाले पिंड 1.5-3-4 किलोमीटर दूर जांदा कोई बेड़ी लै के, इन्नी बेड़ी का अपना रिस्क लै के बेचारे बेड़ी चलाते हैं। आबाद बना तो काफ़ी आबादी हो गए, पिंड 8-9 पिंड है ही है बेड़ी दे। नहीं मतलब पहला गदी हुई सी अज तो 13-14 साल डंगर डुंगर लोग आर पार लेंदे ही उदो साडे हो गई ही। हुण जिहड़ा है साडे पुल छोटे मोटे बन जाते मतलब डंगर लै जाते इस तरह ही, तो भगवान की कृपा दे नाल बचे दे, नहीं तो उस तरह साडा कोई बचन का कोई आइडिया नहीं है। हाँ ये चीज़ जरूर देखी गई, जिहड़ा पारो कमांड आंदा बेचारियां नूं बराबर दे पैसे भी नहीं मेरे ख्याल प्राप्त होंदे होने हैं, और ब्याजू पैसे चुक चुक के लोग ट्रालियां कटाते कमांड दियां। ਕਿੰਨੇ ਫੇਰੇ ਲੱਗ ਜਾਂਦੇ ਪਾਰ ਕਰਨ ਵਾਸਤੇ ਇੱਕ ਟਰਾਲੀ ਨੂੰ? ਮੇਰੇ ਖਿਆਲ 3-4 ਫੇਰੇ ਲਾਉਂਦੇ ਹੀ ਹੋਣਗੇ। ਦੇਖ ਲਓ ਤੁਸੀਂ ਕੀ ਸਮੱਸਿਆ ਦੀ ਪੁਲ ਦੀ ਕੀ ਸਥਿਤੀ ਹੈ, ਇਹਦੇ 'ਤੇ ਕਿੰਨਾ ਕੁ ਕਮਾਂਦ ਬੰਦਾ ਲਿਆ ਕੇ ਆ ਸਕਦਾ? ਇਹ ਤੁਹਾਡੇ ਸਾਹਮਣੇ ਲੱਦੇ ਕਰਦੇ, ਕੱਲ੍ਹ ਦੇ ਲੱਗੇ ਦੇ ਹੋਣੇ ਵਿਚਾਰੇ, ਉੱਧਰੋਂ ਗਏ ਅੱਗੇ ਦੇ ਉੱਧਰੋਂ ਜਾ ਅਤੇ ਫਿਰ ਜਾ ਕੇ ਇੱਕ ਟਰਾਲੀ ਬਣਦੀ ਆ। ਸਾਰੀ ਜ਼ਿਲ੍ਹੇ ਸਰਕਾਰਾਂ ਨੇ ਹਰ ਮਦਦ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੀਆਂ, ਪਰ ਅਧੂਰੀਆਂ ਵੀ ਵਿੱਚ ਰਹਿ ਜਾਂਦੀਆਂ, ਉਹ ਫਿਰ ਜਿੱਥੇ ਦਾ ਜਿੱਥੇ ਆ ਡਾਕਾ ਲੱਗ ਜਾਂਦਾ ਉੱਥੇ ਲੱਗ ਜਾਂਦਾ। ਹੁਣ ਅਸੀਂ ਸਰਕਾਰ ਅੱਗੇ ਮੰਗ ਕਰਨੇ ਆ ਵੀ ਇਹ ਜਲਦੀ ਤੋਂ ਜਲਦ ਪੁਲ ਬਣ ਜਾਏ, ਜਿਹੜੇ ਪਾਰ ਦੇ ਸਾਡੇ ਲੋਕ ਨੇ ਇਹ ਖੁਸ਼ਹਾਲ ਹੋਣ, ਆਪਣਾ ਸਮਾਨ ਜਿਸ ਤਰ੍ਹਾਂ ਅਸੀਂ ਦੀਨਾਨਗਰ ਤੋਂ ਝਪਕਰੇ ਆਸ ਕਰਦੇ ਹਾਂ ਟੌਰ ਨਾਲ ਲਾਉਂਦੇ ਹਾਂ ਟੌਰ ਨਾਲ ਜਾਂਦੇ ਹਾਂ, ਉਸ ਤਰ੍ਹਾਂ ਉਹ ਵੀ ਲੋਕ ਆਪਣੇ ਆਪ ਨੂੰ ਕਹਿਣ ਵੀ ਅਸੀਂ ਇਨਸਾਨ ਜਿਹੜੇ ਆ ਪਾਰ ਵੀ ਰਹਿੰਦੇ ਹਾਂ। ਭਾਈ ਕੀ ਕਰਨਾ ਇਹਦੇ ਵਿੱਚ, ਜਾਣੇ ਪੈਂਦਾ ਫਸਲ, ਜੇ ਅਸੀਂ ਜ਼ਿਮੀਦਾਰ ਬੀਜਾਂਗੇ ਨਹੀਂ ਤਾਂ ਹੋਏਗਾ ਕੀ? ਜਦੋਂ ਅਸੀਂ ਫਸਲ 'ਚ ਅਸੀਂ ਬੀਜਾਂਗੇ ਨਹੀਂ, ਇਹਨੂੰ ਮਾਂ ਨੂੰ ਫੁੱਲਾਂਗੇ ਨਹੀਂ, ਇਹਦੇ 'ਚੋਂ ਦਾਣੇ ਕਿਤੋਂ ਪ੍ਰੋਟੈਕਟ ਹੋਣਗੇ? ਇਹ ਦਾਣੇ ਦੀ ਖਾਤਰ ਅਸੀਂ ਲੋਕ ਮਰ ਜਾਂਦੇ ਹਾਂ, ਦਾਣੇ ਨਿਗੇ ਇਹ ਥੋੜ੍ਹੇ ਮੋਟੇ ਤਿਆਰ ਕਰਕੇ ਅਤੇ ਫਿਰ ਅਸੀਂ ਮਤਲਬ ਆਪਣਾ ਗੁਜ਼ਾਰਾ ਪੇਟ ਦਾ ਕਰਨੇ ਹਾਂ। ਹਾਲੇ ਤੁਸੀਂ ਦੇਖ ਲਓ ਜਿੰਨੇ ਕੁ ਖਰਚਾ, ਜਿਹੜਾ ਜ਼ਿਮੀਦਾਰ ਬੰਦਾ 5-7 ਕਿੱਲੇ ਵਾਲਾ ਉਹ ਨਹੀਂ ਨਾਲੋਂ ਹੀ ਆ, ਪਰ ਉਹਦੀ ਆਪਣੀ ਇੱਕ ਮਾਤਰ ਭੂਮੀ ਦੇ ਵਿੱਚ ਉਹਨਾਂ ਸਿੱਖਿਆ ਹੀ ਉਹ ਹੀ, ਅਤੇ ਉਹਨਾਂ ਨੇ ਉਹ ਹੀ ਕਮਾਉਣਾ ਅਤੇ ਉਹ ਹੀ ਖਲਾਂ ਕਲਾਮ ਬਹੁਤ ਜ਼ਿਆਦਾ ਹੈ। ਕਹਿੰਦਾ ਸਰਕਾਰ ਸਾਨੂੰ ਭਾਵੇਂ ਸੈਂਟਰ ਦੀ ਹੋਵੇ ਪੰਜਾਬ ਦੀ ਹੋਵੇ, ਇਹ ਚੀਜ਼ ਦਾ ਕੰਮ ਜਿਹੜਾ ਜ਼ਰੂਰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ, ਸੁੱਖ ਦਾ ਸਾਹ ਲੈਣ ਉਹ ਵੀ ਮੈਂ ਕਹਿਣ ਵੀ ਅਸੀਂ ਇੰਡੀਆ 'ਚ ਰਹਿੰਦੇ ਹਾਂ, ਉਹ ਇੰਡੀਆ ਦਾ ਇੱਕ ਹਿੱਸਾ ਆ।